ਜੀ ਪਿਆਰੇ ਪਿਆਰੇ ਸਤਿ ਸ਼੍ਰੀ ਅਕਾਲ ਜੀ, ਮੈਂ ਸੁਖਿੰਦਰ ਕੌਰ ਜੀ। ਆਹ ਦੇਖੋ ਜੀ, ਕਰੇਲੇ ਬਣਾ ਰਹੀ ਹਾਂ, ਤਾਂ ਇੰਸਟਾਗ੍ਰਾਮ ਫੈਮਿਲੀ ਆਓ, ਕਰੇਲੇ ਖਾਓ ਅਤੇ ਮੈਨੂੰ ਦੱਸੋ ਕਰੇਲੇ ਕਿਹੋ ਜਿਹੇ ਬਣੇ ਨੇ। ਔਰ ਕਰੇਲੇ ਖਾਣ ਦਾ ਪਰੌਂਠੀ ਨਾਲ ਬਹੁਤ ਜ਼ਿਆਦਾ ਮਜ਼ਾ ਆਏ। ਆਹ ਹੈਗੇ ਜੀ ਨੀ ਡੋਗੀਆਂ ਦੇ ਚਾਵਲ, ਡੋਗੀ ਨੇ ਆਪਣੇ ਕੋਲ, ਡੋਗੀਆਂ ਦੀ ਬਿਰਿਆਨੀ ਹੈ ਜੀ, ਬਣਾਈਏ। ਗਰਮੀ ਬਹੁਤ ਹੈ ਅਤੇ ਰੋਟੀ ਘੱਟ ਖਾ ਰਹੇ ਨੇ ਡੋਗੀ। ਚਾਵਲ ਅਤੇ ਫੀਡ ਅਤੇ ਚਿਕਨ, ਇਹ ਤਿੰਨ ਚੀਜ਼ਾਂ ਪਾ ਰਹੇ ਹਾਂ। ਤਾਂ ਆਹ ਬਣਾਏ ਨੇ ਕਰੇਲੇ, ਔਰ ਮੈਨੂੰ ਅੱਗੇ ਅੱਗੇ ਲਾਇਕ ਕਰੋ, ਸ਼ੇਅਰ ਕਰੋ। ਤਾਂ ਹੈਲੋ, ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮੱਚ ਇੰਸਟਾਗ੍ਰਾਮ ਫੈਮਿਲੀ, ਮੇਰੇ ਭੈਣ ਭਰਾਓ, ਵੀਰੋ ਅਤੇ ਭੈਣ ਭਰਾਓ, ਅੱਗੇ ਅੱਗੇ ਮੇਰੀ ਵੀਡੀਓ ਸ਼ੇਅਰ ਕਰੋ ਅਤੇ ਲਾਇਕ ਕਰੋ। ਅਤੇ ਕਰੇਲੇ ਖਾਣੇ ਨੇ, ਔਰ ਜਿਨ੍ਹਾਂ ਜਿਨ੍ਹਾਂ ਨੇ ਕਰੇਲੇ ਖਾਣੇ ਨੇ ਅਤੇ ਮੈਨੂੰ ਆ ਕੇ ਦੱਸਣਾ ਹੈ। ਅਤੇ ਬਹੁਤ ਵਧੀਆ ਕਰੇਲੇ ਭਰ ਕੇ ਬਣਾਏ ਨੇ ਬੱਚਿਆਂ ਦੀ ਫਰਮਾਇਸ਼ 'ਤੇ। ਪਰੌਂਠੀ ਨਾਲ ਖਾ ਲਓ, ਚਾਹੇ ਸਾਦੀ ਰੋਟੀ ਨਾਲ ਖਾ ਲਓ, ਬਹੁਤ ਪਿਆਰੇ ਨੇ ਆ ਵੇਖੋ ਕਰੇਲੇ। ਥੈਂਕ ਯੂ ਸੋ ਮੱਚ, ਲਾਇਕ ਕਰੋ, ਸ਼ੇਅਰ ਕਰੋ ਅੱਗੇ ਅੱਗੇ। ਸਤਿ ਸ਼੍ਰੀ ਅਕਾਲ ਜੀ।